हेलो 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 एंड वेलकम बैक टू द चैनल। वेलकम बैक टू द व्लॉग। कैसे हो आप सब? पॉपुलर सर बढ़िया रहेंगे। सत श्री अकाल सुनू भाई, कैसे सब लोग? बढ़िया बढ़िया बढ़िया, सब बढ़िया सब बढ़िया। किधर चलता पे? माहौल बढ़िया चल रहा है। यूथ फेस्ट हो गया शुरू अपना, पहला दिन। आज धूप है जी, मठी मठी चढ़ी हुई धुप बलिए, यार दिया बोलो ते चुप बलिए। वाह 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 जय भाई। मठी मठी तो नहीं है, वैसे तेज आ वो कहना पैंदा है, लोग जो मर्जी कह सकते हैं। आप उन्हें सुनू भाई, मुबारकां तेनू, फाइनली नवा फोन ले लिया। ਤੁਹਾਨੂੰ ਵੀ ਵੀਰੇ 16 ਪਤਾ ਪ੍ਰੋ 16 ਅਨਬਾਕਸਿੰਗ ਕਰ ਦਈਏ। ਆ ਚੱਕੋ ਪੂਰਾ ਪੂਰਾ ਨੋਕੀਆ 16 ਲਿੱਤਾ ਵੀਰੇ ਨੇ। ਚੱਕੋ ਪ੍ਰੋਂਠਾ ਕਮੈਂਟਾਂ 'ਚ ਵਧਾਈਆਂ ਦੋ ਜੀ ਫੋਨ ਵਾਸਤੇ। ਥੈਂਕ ਯੂ ਸਭ ਨੂੰ, ਫੁੱਲ ਕਮੈਂਟ ਵਾਜੀ ਹੋ ਗਈ ਸਰ। ਨਾ ਵੇ ਤੂੰ ਹਰ ਇੱਕ ਦੇ ਕਮੈਂਟ ਤੇ ਥੈਂਕ ਯੂ ਬੋਲ ਰਿਹਾ ਜਿਵੇਂ ਕੀਤਾ। ਬੇਲਾ ਮੈਂ ਕਮੈਂਟ ਹੀ ਖੋਲੇ ਬੈਠਾ ਤੇ ਆ ਚੈਨਲ ਤੇਰਾ ਖੋਲੇ ਆ ਦੇਖ। ਇੱਕ ਮਿੰਟ ਹੋਰ ਰੱਖ ਤੇਰਾ ਚੈਨਲ, ਚੱਕ ਲਾਈਕ ਕਮੈਂਟ ਸ਼ੇਅਰ। ਆ ਚੈਨਲ ਹੀ ਖੋਲੇ ਆ ਮੈਂ ਕਰਦਾ ਚੈਨਲ। ਆ ਦੇਖੋ ਆ ਦੇਖੋ, ਬਸ ਖੋਲਦਾ ਬੈ ਖੋਲਦਾ ਰਸਤੇ ਦੀ ਆਈ। ਜਸਟ ਅ ਮਿੰਟ ਬ੍ਰੋ, ਆਪਾਂ ਖੋਲੇ ਹੀ ਹੋਇਆ, ਖੋਲੇ ਹੀ ਹੋਇਆ। ਆ ਦੇਖੋ ਜੀ, ਨੈਟ ਹੋਲੀ ਹੋ ਗਿਆ ਵੀਰੇ। ਆ ਦੇਖ ਸਰੂਪਿੰਗ ਵਲੌਗਸ, ਆ ਦੇਖੋ, ਆ ਦੇਖੋ ਖੋਲੇ ਹੀ ਹੋਇਆ। ਸਬਸਕ੍ਰਾਈਬ ਦੇਖੋ, ਸਬਸਕ੍ਰਾਈਬ 520 ਆ, 520 ਹੋ ਗਏ, 520 ਹੋ ਗਏ। ਪਾਰਟੀ ਕਰਦੇ ਅੱਜ, ਕੇਕ ਕੱਟਾਂਗੇ 500 ਦਾ ਯਾਰ। ਨਹੀਂ 1000 ਦਾ ਕੇਕ ਕੱਟਦੇ ਆ ਜਦੋਂ ਹੋਊਗੇ, 1000 ਕਰਾ ਦੋ ਯਾਰ। ਸਾਰੇ ਆ ਜਾਓ ਯਾਰ, ਫੋਨ ਦੇ ਮਾੜਾ ਯਾਰ। ਚਲੋ ਆਪਣਾ ਅੱਜ ਅੱਜ ਹੈਗਾ ਐਕਟ, ਸਾਡੀ ਸਕਿੱਟ ਹੈ ਹੀ ਗੱਲ, ਇਹਨਾਂ ਦੀ ਸਕਿੱਟ ਹੈ ਤੇ ਸਾਡੇ ਕਾਲਜ ਦੀ ਮਾਈਮ ਵੀ ਹੈਗੀ ਆ ਤੇ ਅੱਪਾ ਦੀ ਸਾਡੇ ਨਾਲ ਤਿਆਰੀ ਚੱਲਦੀ ਵੀ ਹੈ ਵੀਰੇ। ਪਤਾ 1 ਮਹੀਨਾ ਹੋ ਗਿਆ ਸਾਨੂੰ ਐਕਟ ਦੀ ਤਿਆਰੀ ਕਰਦੇ ਹੋਏ, ਸਾਨੂੰ ਵੀ ਤੁਹਾਡੇ ਨਾਲ ਵੀ ਸਕਿੱਟ ਦੀ ਤਿਆਰੀ ਕਰਦੇ ਹੋਏ ਲੱਗੇ ਗਿਆ ਨਾਲ ਹੀ ਹੋ ਗਿਆ ਸੀ ਹਨਾ। ਆਪਾਂ ਇਕੱਠੇ ਹੀ ਆ ਥੀਏਟਰ, ਮੈਂ ਤੇ ਪਿਛਲੇ 2 ਦਿਨ ਦੀ ਆਪਣੀ ਜਿਹੜੀ ਤਿਆਰੀਆਂ ਸੀਗੀਆਂ ਨਾ ਉਹਦੀ ਮੈਂ ਰਿਕਾਰਡਿੰਗ ਕੀਤੀ ਆ ਤਾਂ ਤੁਸੀਂ ਦੇਖ ਲਓ। ਫਲੈਸ਼ਬੈਕ। ਹੈਲੋ ਬ్రో, ਹਾਓ, ਹਾਊ ਆਰ ਯੂ? ਹਾਊ ਆਰ ਯੂ? ਹਾਈ ਰੋਮ, ਮੈਂ ਬੈਸਟ ਟੰਗ ਨਾਲ ਨਹੀਂ ਬੋਲਣਾ ਹੁੰਦਾ। ਹਾਂਜੀ ਹਾਂਜੀ, ਉਸੇ ਕੀ ਹਾਲ ਨੇ? ਵਧੀਆ ਵੀਰੇ, ਤੁਸੀਂ ਦੱਸੋ ਕਿਦੇ ਹਲਦੀ ਪ੍ਰੈਪ? ਨਾਖੂਨ ਸਭ ਕੁਛ ਮਾਰੇ ਗਿਆ। ਕੋਈ ਗੱਲ ਨੀ, ਹੋ ਜਾਏਗੀ ਸਹੀ। ਕਿੱਦਾਂ ਹੋ ਰਹੀ ਹੈ ਤੁਹਾਡੀ ਪ੍ਰੈਕਟਿਸ? ਐਗਜ਼ੌਸਟਿੰਗ। ਹਾਓ ਜਬਾੜੇ ਤੇ ਥੱਪੜ ਵੱਜੇ? ਹਾਂ ਬਹੁਤ ਜ਼ੋਰ ਕੀ ਤੇ ਡੌਜ ਤੂੰ ਆਪ ਕਰਨਾ, ਡੌਜ ਹੀ ਨਹੀਂ ਕਰਦੇ। ਤੁਹਾਡੀ ਪ੍ਰੈਕਟਿਸ ਕਿੱਦਾਂ ਚੱਲਦੀ ਪਈ ਹੈ? ਲੋਕਾਂ ਨੂੰ ਕੁੱਟਣ ਮਾਰਨ ਦੀ? ਮੇਰਾ ਜਿਹੜਾ ਪੈਚ ਕੱਟ ਹੋਇਆ ਉਹਦੇ ਵਿੱਚ ਮੈਂ ਝਗੜਾ ਹੀ ਕਰ ਰਹੀ ਸੀ। ਹਾਂ ਪੈਚ ਕੱਟ ਹੋ ਗਿਆ, ਇੰਡੈਂਡ ਵੀ ਮੇਰੇ ਇੱਕ ਮੇਰੇ ਹਿੱਸੇ ਸਿਰਫ ਇੱਕ ਚਾਂਟਾ ਹੀ ਆਇਆ। ਚੱਲ ਇੱਕ ਤਾਂ ਆ ਗਿਆ, ਮੇਰਾ ਮੇਰਾ ਇੰਨਾ ਵੱਡਾ ਰੋਲ ਸੀ, ਮੈਨੂੰ ਇੰਨਾ ਤਾਂ ਮਿਲਿਆ। ਮੇਰਾ ਇੰਨਾ ਵੱਡਾ ਰੋਲ ਸੀ, 10 ਸੈਕਿੰਡ ਦਾ ਰਹਿ ਗਿਆ, 15 ਸੈਕਿੰਡ ਦਾ। ਤੂੰ ਬੜੀ ਹੱਸ ਰਹੀ ਹੈ, ਤੇਰਾ ਬਹੁਤ ਇੰਪੋਰਟੈਂਟ ਰੋਲ ਹੈ, ਮੁੰਡੇ ਨੂੰ ਚੁੱਕ ਕੇ ਲੈ ਕੇ ਜਾਣਾ, ਆ ਕੇ ਵਾਪਸ ਸੁੱਟ ਦੇਣਾ, ਖਤਮ। ਹੈਲੋ ਵੀਰੇ, ਹੈਲੋ ਸਰ, ਸਰ ਮੇਰੇ ਵਲੌਗ ਨੂੰ ਇੱਕ ਵਾਰੀ ਹਾਈ ਕਹਿ ਦਿਓ। ਇਹ ਸਰ ਹਮਾਰੇ ਉਸਤਾਦ ਜੀ, ਹਮਾਰੇ ਕੋਚ ਸਾਹਿਬ ਮਨਦੀਪ ਸਰ, ਆਪ ਇਨਕੋ ਗੂਗਲ ਵੀ ਕਰ ਸਕਤੇ ਹੋ, ਸ਼ੇਫ ਮਨਦੀਪ ਸਿੰਘ। ਇਹਨਾਂ ਨੇ ਹਮਾਰੀ ਪ੍ਰੈਕਟਿਸ ਕਰਵਾਈ ਹੈ, ਥੀਏਟਰ ਕੇ ਮਹਾਨ ਆਰਟਿਸਟ ਕੋ ਇਹਨਾਂ ਨੇ ਟ੍ਰੇਨ ਵੀ ਕੀ ਹੈ, ਖੁਦ ਵੀ ਬਹੁਤ ਮਹਾਨ ਆਰਟਿਸਟ ਹੈ। ਕੋਈ ਨੀ ਕੋਈ ਨੀ, ਸਾਰੇ ਆਟੋਗ੍ਰਾਫ ਸਾਰਿਆਂ ਨੂੰ ਮਿਲੇਗੇ, ਲਾਈਨ 'ਚ ਰੱਖ ਕੇ ਰਹੀਓ। ਚਲੋ ਕੋਈ ਗੱਲ ਨੀ, ਆ ਗਏ ਨਾ, ਸਾਰੇ ਸੁਪਨੇ ਪੂਰੇ ਹੁੰਦੇ ਆ। ਹਾਂਜੀ ਬਿਲਕੁਲ ਆਏਗਾ, ਹਾਂਜੀ ਹਾਂਜੀ ਬਿਲਕੁਲ ਆਏਗਾ, 200 ਰੁਪਏ ਲੱਗੇਗੇ ਬਿਲਕੁਲ ਬਿਲਕੁਲ। ਨਮਸਕਾਰ, ਅਦਾਬ, ਵਾਲੇਕੁਮ ਸਲਾਮ। ਅੱਛਾ ਜੀ, ਸਾਡੇ ਸਰੂਪ ਭਾਜੀ ਦਾ ਵਲੌਗ ਸ਼ੁਰੂ ਹੋ ਗਿਆ ਤੇ ਥੀਏਟਰ ਦੀ ਪ੍ਰੈਕਟਿਸ ਚੱਲ ਰਹੀ ਹੈ, 2 ਦਿਨ ਰਹਿ ਗਏ ਗਾਈਸ, 2 ਦਿਨ ਰਹਿ ਗਏ। ਆ ਦੇਖੋ ਗਾਈਸ, ਹੁਣੇ ਆਪਾਂ ਇੱਥੇ ਸਾਰੀ ਪ੍ਰੈਕਟਿਸ ਕੀਤੀ ਹੈ ਤੇ ਇਹ ਹੈਗਾ ਆਪਣਾ ਸੈੱਟ, ਇਹ ਹਲੇ ਰੋ ਬੇਸ ਹੈ, ਇਹਦੇ ਲਈ ਸਮਾਨ ਵੀ ਰੱਖਿਆ, ਫੈਵੀਕੋਲ ਹੈ, ਇਹ ਬੋਰੇ ਜੇ ਰੱਖੇ ਹੈ, ਇਹ ਜਿੰਨੇ ਡੱਬੇ ਸਾਰੇ ਜੋੜ ਕੇ ਰੱਖੇ ਹੋਏ, ਦੇਖੋ ਟੇਪ ਵਗੈਰਾ ਲਗਾ ਕੇ। ਆਏ ਦੇਖੋ ਇੱਧਰੋਂ ਦੀ ਗਾਈਸ, ਆਪਾਂ ਐਂਟਰੀ ਐਗਜ਼ਿਟ ਕਰਦੇ ਹਾਂ ਆਪਣਾ ਇੱਥੇ, ਜਦੋਂ ਵੀ ਪ੍ਰੈਕਟਿਸ ਜਾਣਾ ਇੱਧਰੋਂ ਦੀ ਆਉਂਦੇ ਹਾਂ। ਐਂਡ ਦਿਸ ਇਜ਼ ਆਲ ਦਾ ਪਲੇਸ, ਟਾਇਰ ਰੱਖੇ ਨੇ, ਲੱਕੜ, ਇਹ ਗੱਤੇ, ਇਹਦੇ ਉੱਤੇ ਸਾਰੀ ਇਹ ਟਾਟ ਆ ਜਾਣੀ, ਇਹ ਬੋਰੀ ਜੋ ਹੈ ਨਾ ਇਹਦੇ ਉੱਤੇ ਆ ਜਾਏਗੀ ਸਾਰੀ। ਐਂਡ ਆਪਾਂ ਉਹੀ ਹੁਣ ਰੈਡੀ ਕਰਨ ਲੱਗੇ ਹਾਂ
ਇਧਰ ਹੁਣ ਸਰ ਮੇਕਅਪ ਦੀ ਤਿਆਰੀ ਕਰ ਰਹੇ ਹਾਂ ਮੇਕਅਪ ਕਿੱਦਾਂ ਦਾ ਹੋਏਗਾ ਕਿੰਨੀ ਮਾਰ ਘਟਾਈ ਹੋਈ ਹੈ ਤੇਰੇ ਨਾਲ ਇਨਾਇਤ ਹੁਣ ਤਾਂ ਰੋਣਾ ਆਉਣਾ ਚਾਹੀਦਾ ਇਹ ਜਦੋਂ ਰੋਂਦੀ ਹੈ ਮੇਰਾ ਹਾਸਾ ਨਿਕਲ ਜਾਂਦਾ ਸਰ ਮੇਕਅਪ ਆਰਟਿਸਟ ਨੇ ਦੇਖ ਲਓ ਗਾਈਸ ਆਹ ਦੇਖੋ ਗਾਈਸ ਪਹਾੜ ਬਣਨੇ ਸਟਾਰਟ ਹੋ ਗਏ ਨੇ ਇੱਧਰ ਇੱਕ ਪੈ ਗਿਆ ਇੱਧਰ ਇੱਕ ਦੂਜਾ ਅਤੇ ਤੀਜਾ ਅਤੇ ਚੌਥਾ ਪਾ ਰਿਹਾ ਪਹਾੜ ਜਿਹਾ ਬਣੀ ਜਾਂਦਾ ਇਹਨੂੰ ਇਹ ਲੱਕੜ ਦੇ ਥੱਲੇ ਕਰ ਦੀ ਚੌਥੇ ਇੱਕ ਹੋਰ ਜਾਣਾ ਵਾ ਉਹ ਲੂਟ ਜਾ ਹੋ ਕੇ ਬਹਿਣ ਲੂਟ ਜਾ ਹੋ ਗਈ ਹੁਣ ਤਾਂ ਬਹਿ ਗਿਆ ਹੁਣ ਤਾਂ ਆ ਗਈ ਹੁਣ ਤਾਂ ਬਣ ਗਈ ਸੋ ਹੈਲੋ ਗਾਈਸ सर इलस्ट्रेट करके दिखा रहे किद्दां करना आ खड़े माई वाले हेलो वीरे की हाल ने तैयारी किद्दां सत्या तो बंद करो एक मिनट सर होई को रोल के भाई सारे स्केटर ले खड़े ने ਸਾਡੇ हेलो गाइस आज ਸਾਡੀ ਲਾਸਟ ਰਿਹਰਸਲ ਸ਼ੁਰੂ ਹੋ ਰਹੀ ਹੈ ਉਹ ਸਪੈਸ਼ਲੀ ਉਸ ਸਾਈਡ ਆਇਆ ਤਾਂ ਕਿ ਲਾਈਟ ਹੋਵੇ ਮੇਰੇ ਕਿੰਨਾ ਪਤਾ ਲੱਗ ਗਿਆ ਰੇ ਇਹ ਤਾਂ ਗਲਤ ਗੱਲਾਂ ਨੇ ਸਰ ਵੀ ਤੇ ਖੜੇ ਨੇ ਸਾਡੇ ਕੋ ਸਾਹਿਬ ਅਭਿਸ਼ੇਕ ਸਰ ਆਜੋ ਸਾਈਡ ਤੇ ਆਜੋ ਇਹਨਾਂ ਦੀ ਹੁਣ ਪ੍ਰੈਕਟਿਸ ਸਟਾਰਟ ਹੋਣ ਵਾਲੀ ਹੈ ਹਾਂਜੀ ਹਾਂਜੀ ਸਰ ਨਹੀਂ ਸਰ ਓਏ ਛੇਤੀ ਕਰੋ ਸਪੀਕਰ ਲਾ ਰਿਹਾ ਸਪੀਕਰ ਲਾ ਰਿਹਾ ਜਿਵੇਂ ਨਹੀਂ ਛੱਡਦੇ ਪਏ ਆਦੀ ਤੂੰ ਨਹੀਂ ਤੇ ਮੇਰੀ ਖੋਪੜੀ ਤੇ ਬੇਸ਼ੱਕ ਟੱਲਾ ਵਾ ਹਕੂਮਤ ਦਸਿਆ ਡੰਡਾ ਪਰ ਮੈਨੂੰ ਦੇ ਦਿਓ ਕੁਝ ਹੋਰ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਇਹ ਰੋਂਦਾ ਪਿਆ ਇਹਦੇ ਰੋਂ ਤੇ ਮੇਰਾ ਹਾਸਾ ਛੁੱਟ ਜਾਂਦਾ ਛੀ ਦੇਖੋ ਕਿੰਨੀ ਗੰਦੀ ਸ਼ਕਲ ਬਣਾਈ ਹੈ ਮੈਂ ਵੀ ਇਹੀ ਸੋਚਦਾ ਸੀ ਪਰ ਅੱਜ ਮੈਂ ਗਲਤ ਸਾਬਿਤ ਹੋ ਗਿਆ ਅੱਛਾ ਜੀ ਐਂਡ ਅ ਫਲੈਸ਼ਬੈਕ ਔਰ ਇਹ ਕਿੰਨੇ ਫੰਕਸ਼ਨ ਮਿਸ ਹੋ ਗਏ ਕਰਨੇ ਸਵਾਰ ਯਾਰ ਤੁਸੀਂ ਕੀ ਬੋਲ ਰਹੇ ਹੋ ਅਰੇ ਇਧਰ ਹਟਾਓ ਜੀ ਉਹਨੇ ਨਹੀਂ ਕੀਤਾ ਹੋਇਆ ਉਹਨੂੰ ਡਰਾ ਰਹੇ ਹੋ अपनी रजिस्ट्रेशन हो गई है आई कार्ड यह है गिद्दे वाले दिखाओ अपने आई कार्ड दिखाओ यह है अपने आई कार्ड मेन आई कार्ड से यूथ वाले आई कार्ड यूथ वाले आई कार्ड दिखाओ अपना अपना थोड़ा जो गले च पाया है कोई ना यूथ का आई कार्ड रेडी ऑल द बेस्ट मेरे अपने आई कार्ड ਇਹਦੇ ਆਪਣੇ ਵੀਰੇ ਵੀਰੇ ਹੈਲੋ ਵੀਰੇ ਕੀ ਹਾਲ ਨੇ ਬੁਰੇ ਹਾਲ ਨੇ ਬਈ ਭਾਈ ਵੀਰਾ ਤਾਂ ਬਹੁਤ ਥੱਕਿਆ ਹੋਇਆ ਮੈਂ ਬਹੁਤ ਵਧੀਆ ਓਕੇ ਕੰਮ ਆ ਯਾਰ ਬਨੈਕਸਲੇ ਯਾਰ ਹੋਣ ਲੱਗਿਆ ਅਸਲੀ ਨੂੰ ਅੰਦਰ ਨਾ ਜਾਈਏ ਲੈ ਤੇਰੀ ਐਂਟਰੀ ਵੈਨ ਹੈ ਉੱਥੇ ਆਈ ਕਾਰਡ ਲੈ ਕੇ ਆਇਆ ਮੈਂ ਦੇ ਦੇ ਬਸ ਮੁੰਡੇ ਤੇਰੇ ਪੈਰੀ ਹੱਥ ਲਾਉਣ ਚੁੱਕ ਰਹੀਆਂ ਕੀ ਮਤਲਬ ਹਾਲ ਆ ਗਾਸ ਲਾ 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 ਯਾਰ ਮੈਂ ਪੈਰ ਉੱਪਰ ਕਰ ਲੈ ਤੂੰ ਹੱਥ ਲਾ किन्नी हवा चढ़ना नाची मेरे वाइड एंगल आईफोन आए बिल्कुल चोरी
ਮੈਂ ਵਲੌਗ ਤਾਂ ਮੈਂ ਪਹਿਲੇ ਦੇ ਕਰ ਰਹੇ ਚੋਰ ਲੱਗਣ ਦੀ ਆ ਓਏ ਹੋਏ ਸਾਹਿਲ ਕੀ ਹਾਲ ਨੇ ਸਾਹਿਲ ਗੁੱਡ ਮੇਰਾ ਕਹੀ ਇਹ ਮੂੰਹ ਤੇ ਆ ਜਾਣਾ ਤੇ ਮੈਂ ਪੱਕਾ ਚੋਰ ਬਣ ਜਾਣਾ ਚਿੰਦੀ ਚੋਰ ਚਿੰਦੀ ਚੋਰ ਠੀਕ ਹੈ ਤੇ ਪੱਗ ਦੇ ਉੱਤੇ ਤਾਂ ਇਹ ਆਈ ਗਿਆ ਉਹ ਤੋਂ ਹੀ ਮੈਂ ਆਪਣੇ ਪਾਸ ਕੁੜਤਾ ਇੱਕ ਤੇ ਆਪਣਾ ਕੰਮ ਮੇਰਾ ਲੋਰ ਕਰ ਕੇ ਮੋੜਨਾ ਲੱਗਦੀ ਪਈ ਹੈ ਨਾ ਅਸਲੀ ਵਿਲਨ ਹਯਾਤ ਪੂਰਾ ਕੀ ਪਠਾਨੀ ਸੂਟ ਮੈਨੂੰ ਜਾਣਦਾ ਨਹੀਂ ਮੈਂ ਜਾਣਦਾ ਹਾਂ ਰਿਤਿਕਾ ਨਾਮ ਹੈ ਤੇਰਾ ਆਹ ਦੇਖ ਦਿਖਾਈ ਆਹ ਦੇਖ ਇਹ ਰਾਵਣ ਰਾਵਣ ਦੀ ਜਗ੍ਹਾ ਤੇ ਇਹਨੂੰ ਛੱਡਣਾ ਬਾ ਖੁੱਲੀ ਛੱਡਦੇ ਆ ਬੁੱਢੀ ਹੋ ਗਈ ਇਹ ਤਾਂ ਮੈਂ ਤਾਂ ਜਵਾਨੀ ਵਿੱਚ ਬੁੱਢੀ ਹੋ ਗਈ ਮੁੰਡਾ ਸ਼ਾਈਨ ਕਰਦਾ ਤੇਰੇ ਕੋਲ ਚੱਲ ਮੇਕਅਪ ਹੋ ਗਿਆ ਨਾ ਫਿਰ ਤੁਸੀਂ ਦੇਖੀ ਹੈ ਇਸ ਤੋਂ ਪਹਿਲਾਂ ਦਿਖਾਈ ਹੁਣ ਇਹ ਅਨਫੋਲੋ ਕਰ ਦੇਣਾ ਸੀ ਬਾਈ ਜੀ ਅਸਲੀ ਸ਼ਕਲ ਇਹ ਉਹ ਨੇ ਜਿਹੜੇ ਕਹਿੰਦੇ ਹੁੰਦੇ ਆ ਕੀ ਹਾਲ ਹੈ ਜੀਜੀ ਆਈ ਵਾਲਿਓ ਸੀ ਇਹਦਾ ਹਾਲੇ ਸਟੈਪ ਟੂ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀ ਅਸੀਂ ਸਟੈਪ ਵਨ ਇਹ ਸਟੈਪ ਟੂ ਹੁਣ ਇਹ ਜਿਹੜਾ ਮੱਥੇ ਵਾਲਾ ਉਹ ਵੀ ਖੁੱਲ੍ਹਣਾ ਇਹਦਾ ਪ੍ਰੋਪਰ ਹਾਲੇ ਕੁੱਟ ਕਟਾਈ ਸਾਰੀ ਹੋ ਰਹੀ ਫਿਰ ਇਹਦੀ ਵੀ ਹੋ ਰਹੀ ਹਾਲੇ ਸੈਕਿੰਡ ਸਟੈਪ ਹੋ ਰਿਹਾ ਹੁਣ ਵਾਰੀ ਹੈਗੀ ਬਟਾਰੀ ਸਾਹਿਬ ਦੀ ਇਹ ਹੈਗਾ ਜੀ ਬਿਫੋਰ ਦੇਖ ਲਓ ਤੁਹਾਨੂੰ ਦਿਖਾਉਂਦੇ ਹਾਂ ਹੁਣ ਆਫਟਰ ਮਾਰਾ ਮੇਕਅਪ ਹੋ ਚੁੱਕਾ ਹੈ ਲੱਗਦਾ ਪਿਆ ਨਾ ਕਾਟ ਸਾਲ ਦਾ ਇਸਕੇ ਮੇਕਅਪ ਹੋਇਆ ਲੱਗ ਰਿਹਾ ਲੇਕਿਨ ਕਹੀਂ ਤੇ ਤੇਰੇ ਨਾਲ ਤਾਂ ਸੋਹਣਾ ਹੀ ਲੱਗਦਾ ਮੈਂ ਭੈੜੀ ਸ਼ਕਲ ਵਾਲੇ ਆ ਹਾਂ ਲੱਗਦਾ ਮੈਂ ਨਾ ਕਾਟ ਸਾਲ ਦਾ ਬੜਾ ਕੇ ਦੇਖ ਲਓ ਦੂਜੀ ਵਾਰੀ ਆ ਗਈ ਗਈ ਇਸ ਕਰਨੇ ਦੀ ਛੋਟਾ ਕਰ ਤਾਂ ਆ ਦੇਖੋ ਦੰਦ ਦਿਖਾਉਂਦਾ ਕਿੰਨਾ ਦੰਦ ਦਿਖਾ ਕੇ ਰੱਖਦੇ ਤਾਂ ਹੀ ਇਹਦਾ ਵਧੀਆ ਮੇਕਅਪ ਹੋਣਾ ਆ ਬਾਈ ਜੀ ਵੀ ਰੈਡੀ ਹੋ ਗਏ ਆ ਇਕਾਹਠ ਸਾਲ ਦਾ ਵੱਡਾ ਹੈ ਅਰਸ਼ੀਫ ਆਪਣਾ ਫਾਈਨਲ ਲੁੱਕ ਦਿਖਾਓ ਇਹ ਹੈਗਾ ਜੀ ਇਹਦਾ ਫਾਈਨਲ ਲੁੱਕ ਸੀਰੀਅਸ ਫੇਸ ਇੱਧਰ ਬਾਈ ਸਾਹਿਬ ਦਾ ਫਾਈਨਲ ਲੁੱਕ ਸਰ ਇੱਕ ਵਾਰੀ ਖੜੇ ਹੋ ਅੱਛਾ ਫਾਈਨਲ ਨਹੀਂ ਹੈਗਾ ਹਲੇ ਇਹਦਾ ਫਾਈਨਲ ਨਹੀਂ ਹੈਗਾ ਅਤੇ ਇੱਧਰ ਮਿਸ ਹਯਾਤ ਦਾ ਵੀ ਮੇਕਅਪ ਹੋਣ ਲੱਗ ਗਿਆ ਇੱਧਰ ਇਕਾਹਠ ਸਾਲ ਦੇ ਉਸਤਾਦ ਜੀ ਬੈਠੇ ਨੇ ਅਤੇ ਇੱਧਰ ਮੈਡਮ ਜੀ ਦਾ ਜੁੜਾ ਹੁੰਦਾ ਪਿਆ ਇਹਨਾਂ ਜਾਂ ਮੇਕਅਪ ਹੈ ਨਹੀਂ ਅਤੇ ਮੇਰਾ ਤੁਸੀਂ ਦੇਖ ਕੇ ਹੀ ਸੀ ਕਾਲਾ ਜਿਹਾ ਵੈਸੇ ਪੱਗ ਬੰਨ ਲਈ ਅਤੇ ਮੂੰਹ 'ਤੇ ਲੱਗ ਗਈ ਤੈਨੂੰ ਕੋਈ ਦੇਖ ਰਿਹਾ ਹਲੇ ਪੁੱਛਿਆ ਕਿਸੇ ਨੇ ਮੈਂ ਦੱਸਿਆ ਤੈਨੂੰ ਮੈਂ ਤੈਨੂੰ ਕਹਿ ਰਿਹਾ ਵੀ ਤੈਨੂੰ ਕਿਹਨੇ ਦੇਖਣਾ ਤੂੰ ਮੈਨੂੰ ਪੁੱਛਿਆ ਕਿੰਨੇ ਲੋਕੀ ਲੱਗੇ ਨੇ ਕੱਟੇ ਆਪਣੇ ਕਾਲਜ ਦੇ ਗਿੱਧਿਆਣੇ ਦੀ ਵਾਰੀ ਆ ਗਈ ਹੈ ਜੀ ਗਈ ਚੱਲੇ ਨੇ ਅੱਗੇ ਆਲ ਦਾ ਬੈਸਟ ਆਲ ਦਾ ਬੈਸਟ ਆਲ ਦਾ ਬੈਸਟ ਆਲ ਦਾ ਬੈਸਟ ਨਿਕਲ ਆਲ ਦਾ ਬੈਸਟ ਕਿਹਾ ਮੈਂ ਆਲ ਦਾ ਬੈਸਟ ਸਾਰਿਆਂ ਨੂੰ ਜਿੱਤ ਗਏ ਆਪਾਂ ਪੱਕੀ ਗੱਲ ਆ ਮੁੱਕਰੀ ਨਾ ਹਾਂਜੀ ਵੀਰੇ ਤੁਸੀਂ ਹੁਣ ਆਇਓ ਤੁਸੀਂ ਹੁਣ ਆਇਓ ਵੀਰੇ ਐਕਟ ਹੈਗਾ ਨਾ ਵੀਰੇ ਮੇਰਾ ਵੀ ਐਕਟ ਵਨ ਐਕਟ ਅੱਜ ਨੇ ਵੀਰੇ ਮੇਰਾ ਬੈਕਗਰਾਊਂਡ 'ਚ ਹੀ ਜ਼ਿਆਦਾ ਕੰਮ ਮੇਰਾ 10-15 ਸੈਕਿੰਡ ਹੀ ਸਟੇਜ 'ਤੇ ਆ ਦੇਖੋ ਜਾਗੋ ਜਲਾਉਂਦੇ ਵੀ ਨੇ ਹੋ ਗਏ ਸਾਰੇ ਤਿਆਰ ਸਾਰਾ ਮੇਕਅਪ ਹੋ ਗਿਆ ਪੂਰਾ ਮੈਡਮ ਜੀ ਆਲਰੇਡੀ ਹੋਰ ਜ਼ੂਮ ਕਰ ਲਓ ਕਰੋ ਉਹ ਮੈਡਮ ਵਾਈਡ ਕੈਮਰਾ ਖੁੱਲਿਆ ਹੋਇਆ ਅਬੇ ਸਾਲੇ ਤਬੀ ਮੇਰਾ ਮਾਫ ਕਰਨਾ ਗੁੱਸੇ ਮੈਂ ਇਧਰ ਉਧਰ ਨਿਕਲ ਗਿਆ ਤੁਸੀਂ ਗੁੱਸੇ 'ਚ ਕਿਉਂ ਮੈਡਮ ਮੇਰਾ ਕੈਰੇਕਟਰ ਵਿੱਚ ਆ ਗਈ ਹੈ ਠੀਕ ਹੈ ਆ ਮੇਰਾ ਉਦਾਸ ਹੈ
अब मेरा बुड्ढा चीन टपाक डम डम अब मेरा कुटिया होया ये पेंट करने को तैयार है ये तो छोड़ दो ते असि गुंडा बनने को तैयार है चोर सही गल मैं तेरे अम्मी आप तेन लगता हमने मारे असल मारे अपना नहीं ओवरऑल जनवान एक वे जड़े वो स्टार्ट हो गए हुए है पहली परफॉर्मेंस चल रही है अपनी परफॉर्मेंस है तीजी देखो मैं समझू तो नहीं माई देखो अपने आप गंदा कौन ही होया सड़े गंदा क्यों हो गया है जानबूझ कर कुआ गंदा कौन करेगा माई कोई करेगा बेटा जिसके अंदर का पानी मर चुका है अरे यो देख यो बिटी है मार दे चला तालियां मारो तालियां तैयार हो चुके ने मेरी बेनती है मान लोग जय सहबान तालियां तालियां तोडे लिए भी तालियां ते बधाईयां सेकंड पोजीशन दी मैडम जिद्दे दी टीम अपनी सेकंड आई है बधाईयां तुहानू भी सारेयां नू बधाईयां इकट्ठे इकट्ठे ही चलो होर तुसीं दसो ब्लॉग च नहीं लैंदा फिर मैं क्यों लवां हणा पूरा घर कट्ठे बह के देखदा यार थैंक यू अंकल आंटी जी जो भी देख रहे हुणे अपनी पोजीशन आई है गाइस थर्ड इनर कर पाए पहले स्थान जिन्होंने हासिल किया है नील कमल गोल्ड हर पासे गोल्ड दोष भरया है इथों दे विद्यार्थियों दे गिद्दे च भी गोल्ड वन एक प्ले विच भी गोल्ड जेडी टीम है वो मंच दे लागे आ जावे कांग्रेचुलेशंस कांग्रेचुलेशंस
ਟੀਮ ਗੁਲਾਰ ਨੇ ਤੀਜਾ ਸਥਾਨ ਹਾਸਲ ਕੀਤਾ ਵਨ ਐਕਟ ਡੇ ਦੇ ਵਿੱਚ ਔਰ ਇਸੇ ਹੀ ਟੀਮ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ ਬੈਸਟ ਐਕਟਰ ਅਮਨਪ੍ਰੀਤ ਸਿੰਘ ਜ਼ੋਰਦਾਰ ਤਾੜੀਆਂ ਟੀਮ ਗੁਲਾਰ ਤੇ ਉਹਨਾਂ ਦੇ ਬੈਸਟ ਐਕਟਰ ਅਮਨਪ੍ਰੀਤ ਸਿੰਘ ਲਈ ਮਹਿੰਦੀ ਟੀਮ ਸਟੇਜ ਦੇ ਨੇੜੇ ਆ ਜਾਵੇ ਪੋਜੀਸ਼ਨ ਦਾ ਮੈਡਲ ਮਿਲ ਗਿਆ ਆਪਣੇ ਨੂੰ ਵਧਾਈਆਂ ਸਾਰਿਆਂ ਨੂੰ ਮੇਰਾ ਮੈਡਲ ਸੌਰੀ ਗਾਇਸ ਮੇਰੇ ਫਰਸਟ ਟਾਈਮ ਤੇ ਸਾਡੇ ਬੈਸਟ ਐਕਟਰ ਜੀ ਉਸਤਾਦ ਜੀ ਕੰਗ੍ਰੈਚੁਲੇਸ਼ਨ ਵੀਰੇ ਥੈਂਕ ਯੂ ਬ੍ਰੋ ਥੈਂਕ ਯੂ ਆਪਣਾ ਐਕਟ ਠੀਕ ਸੀਗਾ ਬਸ ਥੋੜੀ ਸਾਊਂਡ ਦਾ ਇਸ਼ੂ ਹੋ ਗਿਆ ਸੀ ਚਲੋ ਹੁਣ ਆਪਾਂ ਛੇਤੀ ਰੋਟੀ ਖਾਂਦੇ ਫਿਰ ਉਸਤਾਦ ਨਿਕਲਦੇ ਆ ਇਹ ਬਣੀ ਹੈ ਗਾਇਸ ਪਨੀਰ ਦਾਲ ਗੋਭੀ ਤੇ ਚਾਵਲ ਤੇ ਨਾਲ ਹੋਣਗੇ ਤੰਦੂਰੀ ਰੋਟੀ ਆਈ ਥਿੰਕ ਤੇ ਹੁਣ ਇਹ ਖਾਂਦੇ ਹਾਂ ਐਂਡ ਫਿਰ ਆਪਾਂ ਨਿਕਲਾਂਗੇ ਘਰ ਲਈ ਇਹ ਹੈਗਾ ਆਪਣੇ ਕਾਲਜ ਦਾ ਰੈਸਟੋਰੈਂਟ ਰੈਸਟੋਰੈਂਟ ਮਤਲਬ ਹੋਟਲ HM ਦੇ ਸੋਣ ਜਿਹੜੇ ਹੈਗੇ ਉਹਨਾਂ ਲਈ ਬਣਾਇਆ ਉਹਨਾਂ ਦੀ ਟੈਸਟਿੰਗ ਕਰ ਲਈ ਅਤੇ ਆਪਣੇ ਲਈ ਵੀ ਇੱਥੇ ਹੀ ਹੈ ਚਲੋ ਹੁਣੇ ਖਾ ਲੈਂਦੇ ਫਿਰ ਮਿਲਦੇ ਹਾਂ ਆਪਾਂ ਆਹ ਦੇਖੋ ਜੀ ਚੱਲੇ ਨੇ ਯਾਰ ਬੇਲੀ ਬਾਹਰ ਆਪਣੇ ਨੂੰ ਬੱਸ ਤਾਂ ਮਿਲੀ ਨਹੀਂ ਬਿਕੋਜ਼ ਆਪਾਂ ਥੋੜ੍ਹਾ ਲੇਟ ਹੋ ਗਏ ਅਤੇ ਟੈਂਪੂ ਮਿਲ ਗਿਆ ਭਾਅ ਜੀ ਨੇ ਰੋਕ ਲਿਆ ਤਾਂ ਆਪਾਂ ਹੁਣ ਜਾ ਕੇ ਰੁਕਾਂਗੇ ਦਰਾਹੇ ਜੇ ਹਵਾ ਦੀ ਜ਼ਿਆਦਾ ਬਾਰੇ ਆਵਾਜ਼ ਆ ਰਹੀ ਤਾਂ ਮਾਫ਼ੀ ਆਪਾਂ ਦਰਾਹੇ ਜਾ ਕੇ ਰੁਕਾਂਗੇ ਓਏ ਓਏ ਚਲੋ ਇਹਦੀ ਚੀਕਾਂ ਵੱਜਦੀ ਵੀ ਹੈ ਕਿਉਂ ਡਰਦੀ ਵੀ ਹੈ ਖੜੀ ਹੋ ਜਾ ਆ ਤਾਂ ਫਿਰ ਅੰਦਰਲੇ ਪਾਸੇ ਖੜ ਉਹ ਅੰਦਰਲੇ ਪਾਸੇ ਖੜ ਜਾ ਇੰਜੋਏ ਵਿੱਚ ਰੋੜੀ ਨਾ ਜਾਈ ਸਾਨੂੰ ਆਟੋ ਵਾਲੇ ਨੇ ਉਤਾਰਤਾ ਸੀ ਦੁਰਾਹੇ ਤੇ ਆਟੋ ਤੋਂ ਬਾਅਦ ਆਪਾਂ ਨੂੰ ਬੱਸ ਮਿਲੀ ਤੁਸੀਂ ਦੇਖ ਰਹੇ ਹੋ ਇਹ ਹੁਣ ਆਪਾਂ ਬੱਸ ਚੱਲੇ ਲੁਧਿਆਣੇ ਕਾਫੀ ਲੈ ਸੀ ਆਪਾਂ ਕਾਲਜ ਸ਼ਾਹੀ ਪਨੀਰ ਬਣਿਆ ਸੀ ਨਾਲ ਚੌਲ ਨਹੀਂ ਤਾਂ ਮੈਨੂੰ ਦੇ ਦੇ ਆਈ ਬੰਦਾ ਕੈਮਰਾ ਬਾਅਦ ਚ ਵਧੀਆ ਕਰ ਉਹ ਤਾਂ ਤੂੰ ਹੈ ऑलरेडी रस्ते में है थोड़ा सा आगे जाके उतरते हैं ऑलमोस्ट पहुंच गए हम जहाँ पर हमारा स्टॉप है लेकिन बस वहाँ पर नहीं पहुंची जहाँ पर इसका स्टॉप है तो वो देख रहे वो वहाँ पर जाके रुकेगी बस हम भी वहाँ पर जाके उतरते जी पहुंच गए घर पे इधर होंगी मम्मा जी हेलो मम्मा क्या कर रही हो मैं आपसे नाराज हूँ चलो ठीक है ये लो क्योंकि मैं लेट हो रहा था आप सोए हुए थे तो? मैं लेट हो रहा था हाँ थैंक यू भाई जान हमारे को लाने के लिए फाइनली आपां घरे पहुंच के फ्रेश हो गए हैं ते अपना आराम रेस्ट कर रहे हैं अज दा दिन आपां इत्थे खत्म कर रहे यूथ फेस्ट दा फर्स्ट डे सीगा ए अज अपना एक सी तां आपां ज़्यादा इधर उधर किते जा नहीं पाए होर परफॉर्मेंसेस देख नहीं पाए ते हुण कल नूं हैगा सैकेंड डे फिर परसों नूं थर्ड डे एज यूजुअल दिन दा हुंदा यूथ फेस्ट ते कल नूं आपां जा के अपने यूथ फेस्ट ज़्यादा इंजॉय करेंगे आपां देखते हैं होर परफॉर्मेंसेस सिंगिंग दी होर माइंड स्किट वगैरह सारा कुछ कर लें ਅਤੇ ਦੇਖਦੇ ਹਾਂ ਉਹ ਜਾਂਦੇ ਹਾਂ ਮਿਲਦੇ ਹਾਂ ਤੁਹਾਨੂੰ ਕੱਲ੍ਹ ਕੱਲ੍ਹ ਦੇ ਵਲੋਗ ਵਿੱਚ ਉਹ ਤੱਕ ਇਜ਼ ਗੁੱਡ ਨਾਈਟ ਟੇਕ ਕੇਅਰ ਬਾਏ 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 ਲਵ ਯੂ ਬਾਏ ਬਾਏ